ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ
ਸਤਿ ਸ਼੍ਰੀ ਅਕਾਲ ਜੀ। ਪਹਿਲੇ ਆਪਣਾ ਤੇ ਨਾਮ ਦੱਸੋ। ਮੇਰਾ ਨਾਮ ਜ਼ਰੂਰ ਜ਼ਰੂਰ ਜ਼ਰੂਰ। ਅਸੀਂ ਲੰਡਨ ਤੋਂ ਜਦੋਂ ਤੁਰੇ ਹਾਂ ਸਾਰੇ ਇਕੱਠੇ ਸੰਗਤ, ਪਹਿਲਾਂ ਉਹਨਾਂ ਨੇ ਬਹੁਤ ਸੋਹਣੀ ਸਿੱਖ ਚੈਨਲ ਵਾਲਿਆਂ ਨੇ ਬਹੁਤ ਸੇਵਾ ਕੀਤੀ ਸਾਡੀ। ਗਰਮ ਗਰਮ ਸਾਨੂੰ ਪੀਜ਼ੇ ਐਂਡ ਰੈਪ ਖਿਲਾਏ, ਚਾਹ ਪਿਲਾਈ, ਪਾਣੀ ਪਿਲਾਇਆ, ਮਸਾਲੇਦਾਰ ਚਾਹ। ਅਤੇ ਅਸੀਂ ਕਿਹਾ ਵੀ ਅਸੀਂ ਤਾਂ ਪਰੌਂਠੇ ਬਣਾ ਕੇ ਲਿਆਏ, ਸਾਨੂੰ ਪੀ ਪਹਿਲਾਂ ਕਿਉਂ ਨਹੀਂ ਦੱਸਿਆ? ਕਹਿੰਦੇ ਤੁਸੀਂ ਉਹ ਨਾ ਠਹਿਰਨਾ ਆ ਮਿਡਲ ਦੇ ਵਿੱਚ, 3 ਘੰਟੇ ਲਈ ਪਰੌਂਠੇ ਉੱਥੇ ਲਈ ਰੱਖ ਲਓ। ਪਰ ਹੁਣ ਵੀਰਾਂ ਨੇ ਵਿਚਾਰਿਆਂ ਨੇ ਫੀਲਿੰਗ ਬਹੁਤ ਸੌਰੀ ਕੀਤੀ ਵੀ ਤੁਸੀਂ ਪਰੌਂਠੇ ਸਾਰੇ ਖਾਏ, ਸਾਡੇ ਦੇ ਕਿਉਂ ਨਹੀਂ ਲੈ ਕੇ ਆਏ? ਜੇ ਸਾਨੂੰ ਇੰਨਾ ਪਤਾ ਹੁੰਦਾ ਵੀ ਸਾਡੇ ਵੀਰ ਪਰੌਂਠੇ ਵੇਟ ਕਰਦੇ ਆ, ਅਸੀਂ ਜ਼ਰੂਰ ਇਹਨਾਂ ਲਈ ਪਕਾ ਕੇ ਲੈ ਕੇ ਆਉਣੇ ਸੀ। ਪਰ ਨੈਕਸਟ ਟਾਈਮ ਲਈ ਸਾਨੂੰ ਪਤਾ ਲੱਗ ਗਿਆ ਅਸੀਂ ਅੱਧੇ ਪਰੌਂਠੇ ਤੁਹਾਡੇ ਦੇ ਰੱਖਾਂਗੇ। ਸਾਰੀ ਸੰਗਤ ਬਹੁਤ ਪਿਆਰ ਦੇ ਨਾਲ ਬੈਠੀ ਆ, ਸਾਰੇ ਥੱਕੇ ਹਾਂ ਹਲੇ, ਅਸੀਂ ਹੋਟਲ 'ਚ ਜਾ ਰਹੇ ਹਾਂ, ਗਾਂ ਦਾ ਪ੍ਰੋਗਰਾਮ ਫਿਰ ਬਣ ਗਿਆ ਆ। ਥੈਂਕ ਯੂ। ਅਸੀਂ ਬਹੁਤ ਬਹੁਤ ਹੈਪੀ ਹਾਂ, ਬਹੁਤ ਖੁਸ਼ ਹਾਂ। ਸਾਨੂੰ ਮੋਰੇ ਵੀ ਪਰਿਵਾਰ, ਸਾਡੇ ਭਰਾ ਬਹੁਤ ਸਾਨੂੰ ਮਿਲੇ ਨਾਲ, ਨਾਈਸ ਮਿਲੇ ਆ, ਸਾਨੂੰ ਗੱਲਾਂ ਬਾਤਾਂ ਸਾਡੇ ਨਾਲ ਨਾਈਸ ਕਰਦੇ ਆ, ਅਤੇ ਬਹੁਤ ਸੋਹਣਾ ਲੱਗਾ। ਅਤੇ ਹੁਣ ਅੱਗੇ ਵਾਲੇ ਦਿਨ ਵੀ ਹੋਰ ਵੀ ਇਹ ਤੋਂ ਸੋਹਣੇ ਹੋਊਗੇ। ਅਤੇ ਅਸੀਂ ਹੁਣ ਇਹਨਾਂ ਦੀ ਬੱਸ ਵਿੱਚ ਬੈਠਣਾ ਆ ਅਤੇ ਇਹਨਾਂ ਨਾਲ ਹੀ ਗੱਲਾਂ ਬਾਤਾਂ ਕਰਨੀਆਂ। ਇਹੀ ਸਾਡੇ ਭਰਾ ਬਣ ਗਏ ਆ। ਹਾਂਜੀ, ਅਤੇ ਇਹੀ ਸਾਡੇ ਭਰਾ ਬਣ ਗਏ ਆ, ਅਤੇ ਬਹੁਤ ਸੋਹਣਾ ਆ ਇੱਥੇ ਦੇਖਣ ਨੂੰ ਵੀ ਆਲੇ ਦੁਆਲੇ। ਹੁਣ ਅਸੀਂ ਕੋਚ 'ਚ ਬੈਠੇ ਹਾਂ, ਅੱਜ ਥੋੜ੍ਹੇ ਉੱਦਾਂ ਟਾਇਰਡ ਹੈਗੇ ਹਾਂ, ਅਤੇ ਕੋਈ ਨਹੀਂ ਘਰ ਜਾ ਕੇ ਹੋਰ ਘੰਟੇ ਨੂੰ ਪਹੁੰਚ ਜਾਣਾ ਆ। 2 ਘੰਟੇ ਵਿੱਚ ਨਹਾ ਕੇ ਅਤੇ ਫਰੈਸ਼ ਹੋ ਜਾਵਾਂਗੇ, ਅਤੇ ਬਾਕੀ ਫਿਰ ਨਾਲ ਨਾਲ ਸਾਰਾ ਪ੍ਰੋਗਰਾਮ ਆਪਾਂ ਦੇਖਾਂਗੇ ਅਤੇ ਤੁਹਾਨੂੰ ਦੱਸਾਂਗੇ ਕਰਾਂਗੇ। ਅਤੇ ਬਹੁਤ ਖੁਸ਼ੀ ਹੈ ਇਹ ਹੋਈ ਆ, ਅਤੇ ਬਹੁਤ ਸਾਲਾਂ ਤੋਂ ਇਹ ਉਡੀਕਦੇ ਸੀਗੇ ਇੱਕ ਦਿਨ ਬਾਬਾ ਸਾਨੂੰ ਆਪਣੇ ਦਰ 'ਤੇ ਬੁਲਾਵੇ, ਅਤੇ ਅੱਜ ਸਾਨੂੰ ਬੁਲਾਇਆ ਅਤੇ ਅਸੀਂ ਆਏ ਹਾਂ, ਹੈ ਨਾ। ਹਾਂ, ਇੱਥੇ ਲੋਕਾਂ ਦਾ ਬਹੁਤ, ਜਿੰਨਾ ਕਿ ਅਸੀਂ ਤਾਂ ਹਲੇ ਥੋੜ੍ਹਾ ਚਿਰ ਹੋਇਆ ਆਇਆਂ ਨੂੰ, ਅਤੇ ਸਾਨੂੰ ਤਾਂ ਬਹੁਤ ਪਿਆਰ ਦਿੰਦੇ ਆ, ਕਿਤੇ ਪ੍ਰਾਹੁਣੇ ਆਏ ਆ। ਸਾਨੂੰ ਇਦਾਂ ਲੱਗਦਾ ਜਿੱਦਾਂ ਅਸੀਂ ਘਰ 'ਚ ਫੈਮਿਲੀ 'ਚ ਆ ਗਏ, ਅਸੀਂ ਆਪਣੀ ਪਰਿਵਾਰ 'ਚ ਬੈਠੇ ਹਾਂ। ਸਾਰਿਆਂ ਨੇ ਸਾਨੂੰ ਬਹੁਤ ਪਿਆਰ ਦੇ ਨਾਲ ਬੁਲਾਇਆ, ਸਾਨੂੰ ਹੁਣ ਹੋਟਲ 'ਚ ਲੈ ਕੇ ਜਾ ਰਹੇ ਆ। ਬਸ ਹੁਣ ਜਾਂਦੇ ਅਸੀਂ ਫਰੈਸ਼ ਹੋ ਕੇ, ਫਿਰ ਅਸੀਂ ਫਿਰ ਦਰਸ਼ਨ ਨੂੰ ਜਾਣਾ ਆ। ਵਿਸਾਖੀ ਦੇਖਾਂਗੇ, ਅਸੀਂ ਬਹੁਤ ਵੇਟ ਕਰ ਰਹੇ ਹਾਂ ਵਿਸਾਖੀ ਦੇ ਪ੍ਰੋਗਰਾਮ 'ਤੇ, ਸਾਰੇ ਇਕੱਠੇ ਹੋ ਕੇ ਵਿਸਾਖੀ ਦਾ ਪ੍ਰੋਗਰਾਮ ਤੁਸੀਂ ਵੀ ਦੇਖਣਾ ਨਾ ਭੁੱਲਿਓ ਸਾਰੇ ਜਾਣੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਜੋ ਤੇਰੇ
ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਿਨ ਕਲ ਅੱਛਾ, ਮੇਰਾ ਨਾਮ ਹੈਗਾ ਸੁਖਚੈਨ ਭਾਈ ਅਤੇ ਅਸੀਂ ਛੇ ਗਰੁੱਪ ਦੇ ਵਿੱਚ ਛੇ ਇੱਕ ਜਾਣੇ ਹੈਗੇ ਹੈ ਮੇਰੇ ਖਿਆਲ ਅਨਦਰ ਟੂ ਐਜ਼ ਵੈਲ, ਅਤੇ ਉਹਨਾਂ ਦੀ ਵੇਟ ਕਰ ਰਹੇ ਹੈਗੇ। ਅਸੀਂ ਸੁਬਹਾ ਆ ਗਏ ਸੀਗੇ, ਬਿਊਟੀਫੁਲ, ਇਸ ਤਰ੍ਹਾਂ ਲੱਗਦਾ ਅਸੀਂ ਆਪਣੇ ਘਰ ਆਏ ਹਾਂ। ਅਤੇ ਰਿਸੈਪਸ਼ਨ ਵਾਈਜ਼ ਅਤੇ ਹਾਂਜੀ ਵੈਰੀ ਨਾਈਸ ਲੱਗਿਆ, ਵੈਰੀ ਨਾਈਸ ਲੱਗਿਆ ਕਿ ਦੇਖੋ ਤਾਂ ਬੜਾ ਸਾਫ਼ ਸੁਥਰਾ। ਓਕੇ, ਅਤੇ ਆਪਣੇ ਭਰਾਵਾਂ ਨੂੰ ਮਿਲ ਕੇ ਐਵਰੀ ਵਨ ਇਜ਼ ਵੈਰੀ ਵੈਲਕਮਿੰਗ, ਅਤੇ ਬੜਾ ਅੱਛਾ ਲੱਗਿਆ। ਓਕੇ, ਸਾਡੇ ਉਹ ਫਿਰ ਯਾਦ ਆ ਜਾਂਦੀ ਹੈਗੀ ਕਿ ਅਸੀਂ ਆਪਣੇ ਘਰ ਹੀ ਆਏ ਹਾਂ, ਨੋਟ ਐਨੀਵੇਅਰ ਐਲਸ। ਓਕੇ, ਥੈਂਕ ਯੂ। ਹਾਂਜੀ, ਅਸੀਂ ਪਿਸ਼ਾਵਰ ਅਸੀਂ ਵੀ ਲੈਂਡ ਕੀਤਾ ਹੈਗਾ, ਅਸੀਂ ਰਾਤੀ ਚੱਲੇ ਸੀਗੇ। ਹਾਂਜੀ, ਅਤੇ ਸਾਨੂੰ ਵੀ ਬਹੁਤ ਚੰਗਾ ਲੱਗਿਆ ਹੈਗਾ ਆ। ਕਿੰਨੇ ਜਾਣੇ? ਅਤੇ ਅਸੀਂ ਸਾਡਾ ਗਰੁੱਪ ਮੇਰੇ ਖਿਆਲ 25-30 ਬੰਦੇ ਸੀਗੇ। ਹਾਂਜੀ, ਤੁਹਾਨੂੰ ਰਵਾਨਾ ਕੀਤਾ ਬੜੇ ਛੋਟੇ ਛੋਟੇ ਪਰੌਂਠੇ ਛੋਟੇ ਤਾਂ ਉੱਥੋਂ ਹੀਥੋ ਤੋਂ ਖਾ ਲਏ ਸੀਗੇ ਜੀ, ਅਤੇ ਫਿਰ ਹੋਰ ਵੀ ਗਾਹਾਂ ਕਹਿੰਦੇ ਜੀ ਹੁਣ ਹੋਰ ਖਾਓ, ਅਸੀਂ ਹੋਰ ਖਾ ਨਹੀਂ ਸਕਦੇ ਹੈਗੇ ਜੀ, ਹੁਣ ਜਾ ਕੇ ਉੱਥੇ ਹੀ ਖਾਵਾਂਗੇ, ਹੈ ਨਾ। ਵੈਰੀ ਨਾਈਸ ਸੈਟਅਪ, ਬਹੁਤ ਬਹੁਤ ਜ਼ਿਆਦਾ ਹੀ ਸੋਹਣਾ ਜੀ, ਵੈਲਕਮ ਸੋਹਣਾ ਕਰਦੇ ਹੈਗੇ ਆ, ਨਾਈਸ ਹੈਗਾ ਆ। ਸਾਡਾ ਨਾਲੇ ਫਸਟ ਐਕਸਪੀਰੀਅੰਸ, ਸਾਡਾ ਨਾਲ ਫਸਟ ਐਕਸਪੀਰੀਅੰਸ ਹੈਗਾ ਆ ਜੀ, ਅਤੇ ਫਿਰ ਵੀ ਮੌਕਾ ਲੱਗਿਆ ਤਾਂ ਕਿਸੇ ਵੇਲੇ ਫਿਰ ਦੇਖਿਆ ਜਾਊਗਾ। ਅਜੇ ਤਾਂ ਆਹ ਗੁਰਧਾਮਾਂ ਦੇ ਵਿੱਚ ਆਪਾਂ ਜਾਣਾ ਆ, ਜਾ ਕੇ ਦੇਖਦੇ ਕਿਹੋ ਜਿਹਾ ਫੰਕਸ਼ਨ ਹੈਗਾ ਆ ਆਪਣਾ, ਕਿਹੜਾ ਅੱਛਾ ਲੱਗਾ ਜੀ ਆਪਣਾ ਗੁਰਦੁਆਰਾ ਸਾਹਿਬ। ਹਾਂਜੀ ਹਾਂਜੀ ਹਾਂ,
ਕਿਹੜਾ ਜੀ ਆਪਣਾ ਵਿਸਾਖੀ ਦਾ ਜਿਹੜਾ ਮਨਾਉਣਾ ਵਿਸਾਖੀ ਦੇ ਮਨਾਉਣਾ ਹੈ ਨਾ ਜੀ 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 ਉਹ ਹੁਣ ਦੇਖਦੇ ਹਾਂ ਭਾਈ ਰੌਣਕ ਮੇਲਾ ਮਤਲਬ ਸਾਰੇ ਦੀ ਆਲ ਓਵਰ ਦਾ ਵਰਲਡ ਦੇ ਵਿੱਚ ਦੁਨੀਆ ਆਈ ਓ ਹੋਣੀ ਆ ਕਿਉਂ ਜੀ 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 ਇੱਦਾਂ ਹੀ ਹੈ ਨਾ ਡੈਫੀਨਟਲੀ ਡੈਫੀਨਟਲੀ ਅਮਰੀਕਾ ਕੈਨੇਡਾ ਸਾਰੇ ਆਸਟ੍ਰੇਲੀਆ ਤੋਂ ਹਾਂਜੀ ਉਹਨਾਂ ਦਾ ਪਤਾ ਨਹੀਂ ਬਲੈਦ ਦਾ ਆਪਾਂ ਨੂੰ ਪਤਾ ਕਿ ਉੱਥੋਂ ਆਪਾਂ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਮੇਰਾ ਨਾਮ ਜਨੈਲ ਸਿੰਘ ਜੀ ਬਰਮਿੰਗਮ ਯੂਕੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਅਸੀਂ ਅੱਜ ਇੱਥੇ ਪਹੁੰਚੇ ਹਾਂ ਬਾਬੇ ਨਾਨਕ ਦੀ ਜਨਮ ਭੂਮੀ 'ਤੇ ਕਿ ਸਾਨੂੰ ਬੜੀ ਮਨ ਦੇ ਵਿੱਚ ਖੁਸ਼ੀ ਹੈ ਕਿ ਇੱਥੇ ਆ ਕੇ ਉਹਨੇ ਗੁਰਦੁਆਰਿਆਂ ਦੇ ਦਰਸ਼ਨ ਕਰੀਏ ਜਿੱਥੇ ਜਿੱਥੇ ਉਹਨਾਂ ਨੇ ਪੈਰ ਧਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲੇ ਬਹੁਤ ਸੋਹਣਾ ਨੋ ਪ੍ਰੋਬਲਮ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਈ ਹਾਂਜੀ ਇੱਦਾਂ ਹੀ ਲੱਗਦਾ ਕੋਈ ਫਰਕ ਨਹੀਂ ਲੱਗਦਾ ਕੋਈ ਫਰਕ ਨਹੀਂ ਹੈਗਾ ਸਟਾਰਟਿੰਗ ਅੱਛੀ ਹੈ ਬਹੁਤ ਸੋਹਣੀ ਹੋਈ ਸਟਾਰਟਿੰਗ ਬਹੁਤ ਵਧੀਆ ਹੋਈ ਜੀ ਹੋਟਲ ਤੁਹਾਨੂੰ ਕਿੰਨਾ ਲੱਗਦਾ ਹੋਟਲ ਬਹੁਤ ਬਹੁਤ ਵਧੀਆ ਜੀ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈਗਾ ਚਾਹ ਚੂਹ ਵੀ ਲਿਆ ਕੇ ਲੈ ਕੇ ਆਇਆ ਉਹ ਕਹਿੰਦਾ ਚਾਹ ਲੈ ਕੇ ਆਉਣਾ ਸਾਰੇ ਨੇ ਚਾਹ ਵੀ ਪੀਤੀ ਜਾਂਦੀ ਬਹੁਤ ਵਧੀਆ ਬੜੀ ਅੱਛੀ ਗੱਲ ਹੈਗੀ ਹੈ ਜਿਵੇਂ ਨੀ ਸਰ ਵੈਜੀਟੇਰੀਅਨ ਦਾ ਖਿਆਲ ਰੱਖੇ ਨਾ ਕਿ ਯਾਤਰੀ ਜਿਹੜੇ ਹੈਗੇ ਵੈਜੀਟੇਰੀਅਨ ਹੈਗੇ ਆ ਅਤੇ ਉਹ ਫੂਡ ਦਾ ਜਿਹੜਾ ਖਿਆਲ ਰੱਖੇਗਾ ਬੜੀ ਅੱਛੀ ਚੀਜ਼ ਹੈਗੀ ਆ ਕਿਉਂਕਿ ਉਦੋਂ ਇਹਦੀ ਦਿੱਕਤ ਆਉਂਦੀ ਹੈਗੀ ਖਾਣ ਪੀਣ ਦੀ ਹੈ ਨਾ ਅਤੇ ਅੱਛਾ ਤੁਹਾਡੇ ਗਰੁੱਪ ਦੇ ਨਾਲ ਹੈਗੇ ਆ ਹਾਂਜੀ ਹੈ ਸਾਰੇ ਹਾਂ ਹਾਂਜੀ ਹਾਂਜੀ ਫਤਿਹ ਬੁਲਾ ਦਿਓ ਜੀ ਸਾਰੇ ਕਿੱਥੋਂ ਹੈਗੇ ਅਸੀਂ ਲਿਸਟਰ ਤੋਂ ਆਏ ਲਿਸਟਰ ਤੋਂ ਤੁਸੀਂ ਭਾਈ ਸਾਹਿਬ ਮੇਰਾ ਨਾਮ ਹੈ ਅਮਰਜੀਤ ਸਿੰਘ ਬੈਂਸ ਤਾਂ ਲੈਸਟਰ ਤੋਂ ਆ ਹਾਂਜੀ ਹਾਂਜੀ ਤੁਸੀਂ ਭਾਈ ਸਾਹਿਬ ਰਜੀਤ ਸਿੰਘ ਲੈਸਟਰ ਤੋਂ ਤੁਸੀਂ ਕਿੱਥੋਂ ਲੈਸਟਰ ਤੋਂ ਆਪਣੇ ਪਿੰਡ ਹੋਈ ਆ ਉਧਰ ਹਾਂਜੀ ਹਾਂਜੀ ਭਾਜੀ ਤੁਸੀਂ ਸਤਿ ਸ਼੍ਰੀ ਅਕਾਲ ਹਜਿੰਦਰ ਕੌਰ ਲੈਸਟਰ ਤੋਂ ਲੈਸਟਰ ਆਪਣਾ ਸੇਮ ਗਰੁੱਪ ਹੀ ਆ ਹਾਂਜੀ ਤੁਸੀਂ ਅਸੀਂ ਵੀ ਲੈਸਟਰ ਤੋਂ ਹੀ ਆ ਤੁਸੀਂ ਵੀ ਲੈਸਟਰ ਤੋਂ ਹਾਂਜੀ ਮੇਰਾ ਨਾਮ ਸੁਖਮੇਲ ਕੌਰ ਬੈਂਸ ਭਾਜੀ ਸਭ ਤੇ ਵੱਡਾ ਸਭ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਯਾਤਰਾ ਦਾ ਪਹਿਲਾ ਦਿਨ ਔਰ ਸੰਗਤਾਂ ਪਹੁੰਚ ਚੁੱਕੀਆਂ ਨੇ ਪੀ ਸੀ ਹੋਟਲ ਵਿੱਚ ਪਰਲ ਕੌਂਟੀਨੈਂਟਲ ਰਾਵਲਪਿੰਡੀ ਇਸਲਾਮਾਬਾਦ
ਅਤੇ ਸਾਰੀਆਂ ਸੰਗਤਾਂ ਨੂੰ ਅਸੀਂ ਚੈੱਕ ਇਨ ਕਰਵਾ ਚੁੱਕੇ ਹਾਂ, ਰੂਮਾਂ 'ਚ ਜਾ ਚੁੱਕੀਆਂ ਨੇ। ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਡਿਨਰ ਦਾ ਇੱਕ ਟਾਈਮ ਦੇ ਦਿੱਤਾ ਹੈ। ਸਾਰੀਆਂ ਸੰਗਤਾਂ ਜਿਹੜੀਆਂ ਨੇ ਅੱਜ UK ਤੋਂ ਲੈਂਡ ਹੋਈਆਂ ਨੇ, ਕੁਛ ਜਿਹੜੀਆਂ ਨੇ ਉਹ ਵਾਹਗਾ ਰਾਹੀਂ ਪਾਕਿਸਤਾਨ ਪਹੁੰਚੀਆਂ ਨੇ। ਉਹਨਾਂ ਕੋਲੋਂ ਪੁੱਛਾਂਗੇ ਕਿ ਉਹਨਾਂ ਦਾ ਐਕਸਪੀਰੀਅੰਸ ਕੈਸਾ ਰਿਹਾ ਸੋ ਫਾਰ, ਔਰ ਅੱਗੇ ਜਿਹੜੀ ਯਾਤਰਾ ਜਿਹੜੀ ਕੱਲ੍ਹ ਤੋਂ ਅਸੀਂ ਸ਼ੁਰੂ ਕਰਾਂਗੇ, ਜਿਹਦੇ 'ਚ ਅਸੀਂ ਨਵੇਂ ਗੁਰਦੁਆਰੇ ਸਾਹਿਬ ਐਡ ਕੀਤੇ ਨੇ, ਔਰ ਉਹਦੇ ਤੋਂ ਬਾਅਦ ਅਸੀਂ ਕੁਛ ਹੋਰ ਜਗ੍ਹਾ ਵੀ ਲੈ ਕੇ ਜਾਵਾਂਗੇ, ਤਾਂ ਕਿ ਥੋੜ੍ਹਾ ਜਿਹਾ ਚੇਂਜ ਮਿਲੇ ਸੰਗਤਾਂ ਨੂੰ। ਜਿਹੜੇ TV 'ਤੇ ਵੀ ਘਰ ਬੈਠ ਕੇ ਵੇਖ ਰਹੇ ਨੇ ਸਾਨੂੰ, ਉਹਨਾਂ ਨੂੰ ਵੀ ਕੁਛ ਅਲੱਗ ਮਿਲੇਗਾ ਵੇਖਣ ਨੂੰ। ਅਤੇ ਥੋੜ੍ਹਾ ਜਿਹਾ ਆਂਟੀਆਂ ਕੋਲੋਂ ਪੁੱਛਦੇ ਹਾਂ ਕਿ ਉਹਨਾਂ ਦਾ ਕੈਸਾ ਰਿਹਾ ਸਾਰਾ ਸਫ਼ਰ, ਔਰ ਇਹ ਕਿਉਂਕਿ ਇਹ ਵਾਲੀ ਜਿਹੜੀ ਸੰਗਤ ਹੈ ਇਸ ਤੋਂ ਬਾਅਦ ਚਲੀ ਸੀ ਹੁਸ਼ਿਆਰਪੁਰ ਦੇ ਕੋਲੋਂ, ਅਤੇ ਇੰਡੀਆ ਤੋਂ ਆਲ ਦਾ ਵੇ ਵਾਹਗਾ ਕ੍ਰੋਸ ਕਰਕੇ, ਅਤੇ ਹੁਣ ਜਿਹੜਾ ਰਾਵਲਪਿੰਡੀ ਵਿੱਚ ਪਲ ਕੋਂਟੀਨੈਂਟਲ ਹੋਟਲ 'ਚ ਨੇ। ਆਂਟੀ ਜੀ ਸਤਿ ਸ਼੍ਰੀ ਅਕਾਲ ਜੀ, ਕੈਸਾ ਰਿਹਾ ਤੁਹਾਡਾ ਆਲ ਦਾ ਵੇ, ਲੰਬਾ ਸੀ ਅੱਜ ਦਿਨ ਤੁਹਾਡਾ? ਨਹੀਂ ਠੀਕ ਰਿਹਾ, ਬਹੁਤ ਵਧੀਆ ਰਿਹਾ। ਅੱਛਾ ਹਾਂਜੀ, ਅਤੇ ਮੈਨੂੰ ਪਤਾ ਤੁਸੀਂ ਸਵੇਰ 6 ਵਜੇ ਨਿਕਲੇ ਸੀਗੇ ਘਰੋਂ, ਅਤੇ ਹੁਣ ਸ਼ਾਮ ਦੇ 7 ਵੱਜ ਗਏ ਆ, ਅਤੇ ਬਾਰਡਰ ਕ੍ਰਾਸਿੰਗ ਅਤੇ ਸਾਰਾ ਕੁਛ ਠੀਕ ਸੀਗਾ? ਹਾਂਜੀ ਸਾਰਾ ਕੁਛ ਠੀਕ ਸੀਗਾ ਜੀ। ਇਹ ਆਂਟੀ ਜਿਹੜੇ ਨੇ, ਇਹ ਸਾਡੇ ਆਂਟੀ ਨੇ ਲੈਸਟਰ ਤੋਂ, ਅਤੇ ਉਹਨਾਂ ਦੇ ਨਾਲ ਸਿਸਟਰ ਨੇ, ਉਹ ਸਾਊਥ ਸਲਾਓ ਤੋਂ ਜੁੜੇ ਨੇ, ਅਤੇ ਇਹਨਾਂ ਸੁਬਾਹ ਬਾਰਡਰ ਕ੍ਰਾਸ ਕੀਤਾ ਸੀ, ਅਤੇ ਹੁਣ ਇਹ ਰਮਾਦਾ ਇੱਥੇ ਪਰਲ ਕੋਂਟੀਨੈਂਟਲ ਇਸਲਾਮਾਬਾਦ 'ਚ ਪਹੁੰਚ ਆਏ ਨੇ। ਨਾਲ ਜਿਹੜੇ ਨੇ ਦੂਸਰੀ ਸਾਈਡ 'ਤੇ ਅੰਕਲ ਨਰਿੰਦਰ ਸਿੰਘ ਫੈਮਿਲੀ ਬੈਠੀ ਹੈ, ਇਹ ਸਾਰੇ ਜਿਹੜੇ ਨੇ ਇਹਨਾਂ ਦੇ ਪਿੰਡ ਪਾਸ ਹੀ ਨੇ ਇੱਕ ਦੂਸਰੇ ਦੇ, ਅਤੇ ਇਹ ਨਾਲ ਆਏ ਨੇ। ਅੰਕਲ ਜੀ ਕੀ ਕਹਿਣਾ ਚਾਹੋਗੇ, ਕੈਸਾ ਐਕਸਪੀਰੀਅੰਸ ਰਿਹਾ? ਬਹੁਤ ਵਧੀਆ, ਬਹੁਤ ਵਧੀਆ। ਆਂਟੀ ਜੀ ਵਾਟ ਯੂ ਵਾਂਟ ਟੂ ਸੇ? ਬਹੁਤ ਨਾਈਸ ਲੱਗਾ ਤੈਨੂੰ ਮਿਲ ਕੇ ਵੀ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਇਹ ਜਿਹੜੇ ਨੇ ਆਂਟੀ, ਇਹ ਇੱਕ ਦਿਨ ਪਹਿਲੇ ਆ ਗਏ ਸਨ, ਕਿਉਂ ਨਾ ਇਹਨਾਂ ਨੇ ਯਾਤਰਾ ਇੱਕ ਦਿਨ ਪਹਿਲੇ ਸਮਾਪਤ ਕਰਨੀ ਹੈ, ਅਤੇ ਇਹਨਾਂ ਨੂੰ ਕੱਲ੍ਹ ਹੀ ਅਸੀਂ ਲਾਹੌਰ ਦੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਾ ਦਿੱਤੇ ਸਨ, ਤਾਂ ਕਿ ਇੱਕ ਦਿਨ ਪਹਿਲੇ ਜਾਣ 'ਤੇ ਕੁਛ ਮਿਸ ਨਾ ਹੋ ਸਕੇ। ਅਤੇ ਇਹਨਾਂ ਦੇ ਨਾਲ ਹਸਬੈਂਡ ਵੀ ਆਏ ਨੇ। ਆਂਟੀ ਜੀ ਕੈਸਾ ਰਿਹਾ ਤੁਹਾਡਾ ਐਕਸਪੀਰੀਅੰਸ? ਬਹੁਤ ਬਹੁਤ ਸੋਹਣਾ ਰਿਹਾ ਬੇਟਾ, ਸਾਨੂੰ ਬਹੁਤ ਖੁਸ਼ੀ ਹੋਈ। ਅਸੀਂ ਲਾਹੌਰ ਕੱਲ੍ਹ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆਏ ਹਾਂ, ਬਹੁਤ ਚੰਗਾ ਲੱਗਿਆ ਪਰ ਠੀਕ ਆ, ਇੰਜੋਏ ਕੀਤਾ ਅਸੀਂ ਸਾਰਿਆਂ ਨੇ ਬਹੁਤ ਜੀ। ਅਤੇ ਉਹ ਇਸ ਤਰ੍ਹਾਂ ਹੈ ਕਿ ਲਾਹੌਰ ਤੋਂ ਇਸਲਾਮਾਬਾਦ ਦਾ ਜਿਹੜਾ ਸਫ਼ਰ ਹੈ ਉਹ 5-7 ਘੰਟੇ ਦਾ ਸਫ਼ਰ ਹੈਗਾ, ਕਿਉਂਕਿ ਪੰਜਾ ਸਾਹਿਬ ਜਿਹੜਾ ਉਹ ਲਾਹੌਰ ਤੋਂ ਵੇ 400+ ਮਾਈਲ ਬਣਦਾ ਹੈਗਾ। ਐਂਡ ਫਿਰ ਅਸੀਂ ਸੰਗਤਾਂ ਨੂੰ ਇੱਥੇ ਲੈ ਆਈਦਾ, ਇਸਲਾਮਾਬਾਦ ਰੱਖੀਦਾ, ਤਾਂ ਕਿ ਇੱਥੋਂ ਸਿਰਫ 45 ਮਿੰਟ ਦਾ ਰਾਹ ਹੈ। ਸੋ ਅੱਗੇ ਜਿਹੜੀ ਵਿਸਾਖੀ ਦਾ ਸਾਰਾ ਫੈਸਟੀਵਲ ਹੈ ਉਹ ਅਸੀਂ ਤੁਹਾਨੂੰ ਇੱਥੋਂ ਵਿਖਾਵਾਂਗੇ, ਔਰ ਤਾਂ ਕਿ ਇੱਥੋਂ ਦੂਰ ਨਹੀਂ ਗਾ, ਡੇਲੀ ਅਸੀਂ 2-2 ਵਾਰੀ ਆ ਜਾ ਸਕਦੇ ਹਾਂ ਈਜ਼ੀਲੀ। ਅਤੇ ਬਾਕੀ ਸੰਗਤਾਂ ਨਾਲ ਵੀ ਲੇਟਰ ਅਸੀਂ ਗੱਲ ਕਰਾਂਗੇ, ਅਤੇ ਨਾਲ ਉਹਨਾਂ ਦੇ ਵੀ ਅਸੀਂ ਜਿਹੜਾ ਪੁੱਛਾਂਗੇ ਕਿ ਉਹਨਾਂ ਦਾ ਕੈਸਾ ਐਕਸਪੀਰੀਅੰਸ ਰਿਹਾ।